1861 ਦੀ ਸਾਡਾ ਪਿੰਡ ਅਲਾਟ ਹੋਇਆ ਸੀ ਤੇ ਸਾਡੀ ਮੈਂ 6th ਜਨਰੇਸ਼ਨ ਆ ਚੌਧਰੀ ਕਿਸ਼ਨ ਰਾਮ ਜਾਨੀ ਨੂੰ ਹਾਂਜੀ ਤੇ ਸਾਰਾ ਪਿੰਡ ਕਟੇੜਾ ਪਿੰਡ ਉਹ ਸਾਡੀ ਇੱਕ ਜੈਨੀ ਫੈਮਿਲੀ ਦਾ ਹੈ 2005 ਦੇ ਬਾਅਦ ਮੈਂ ਇੱਥੇ ਇੱਕ ਦਿਨ ਦੇ ਅੰਦਰ ਪੂਰੇ ਫਾਰਮ ਨੂੰ ਕੈਮੀਕਲ ਛੱਡ ਕੇ ਕੁਦਰਤੀ ਖੇਤੀ ਵੱਲ ਲੈ ਕੇ ਆਇਆ ਇੱਕ ਦਿਨ ਦੇ ਅੰਦਰ ਪੂਰੇ 130 ਏਕੜ ਔਰ ਸਾਡੇ ਜਿਹੜੇ ਸਟਾਫ ਕਰਮਚਾਰੀ ਉਹ ਪੂਰੇ ਦਿਨ ਜ਼ਹਿਰ ਦੀ ਜ਼ਹਿਰ ਕਰਨੇ ਹੈ ਉਹਨਾਂ ਦਾ ਕੀ ਹਾਲ ਹੋਣਾ ਉਹ ਵੀ ਕਿਸੇ ਦੇ ਪੁੱਤੇ ਕਿਸੇ ਦੀ ਪਿਓ ਹੈ ਪੂਰੇ ਦਿਨ ਜ਼ਹਿਰ ਦੇ ਅੰਦਰ ਰਹਿਣਾ ਫਿਰ ਉਹਨੂੰ ਸਾਬਣ ਦੇਣੇ ਨਿੰਬੂ ਪਾਣੀ ਦੇਣਾ ਨਾ ਕੇ ਜਾਓ ਤੇ ਸਾਡੇ ਪਿੰਡਾਂ ਦੇ ਚਾਹ ਵੇਖੇ ਸਵੇਰੇ ਨਾਲ ਦੇ ਜਿਹੜੇ ਮੁੰਡੇ ਫੁੱਟਬਾਲ ਖੇਡਦੇ ਸੀ ਉਹ ਸਾਰੇ ਬਿਮਾਰ ਥੱਕੇ ਪਏ ਨੇ ਤੇ ਮੈਂ ਕਿਹਾ ਲੈ ਬੰਦਿਆਂ ਦੇ ਵੀ ਅਸਰ ਹੋ ਰਿਹਾ ਜ਼ਮੀਨ ਨੂੰ ਵੀ ਅਸਰ ਹੋ ਰਿਹਾ ਤੇ ਕੁਦਰਤੀ ਖੇਤੀ ਲਾਉਣ ਦੇ ਵੀ ਤਾਂ ਬੜਾ ਇੱਕ ਦਿਨ ਦੇ ਅੰਦਰ ਫੈਸਲਾ ਲਿੱਤਾ ਸੀ ਜਿੱਥੇ ਜੀ ਤੇ ਉਹਦੇ ਬਾਅਦ ਹੀ ਮੈਂ ਟ੍ਰੇਨਿੰਗ ਲਿੱਤੀ ਹੈ ਪਹਿਲੇ ਕੋਈ ਟ੍ਰੇਨਿੰਗ ਨਹੀਂ ਸੀ ਅੱਛਾ ਤੇ ਉਹਦੇ ਬਾਅਦ ਹੀ ਜਿਹੜੀ ਟ੍ਰੇਨਿੰਗ ਹੈ ਤੇ ਬੜੀ ਫੈਸਲਾ ਲਿਆ ਪਹਿਲੇ ਫੈਸਲਾ ਲਿਆ ਬਾਅਦ ਹੀ ਟ੍ਰੇਨਿੰਗ ਬਾਅਦ ਟ੍ਰੇਨਿੰਗ ਲਿੱਤੀ ਹਾਂਜੀ ਦੋਨੋਂ ਨਾਈਟ੍ਰੋਜਨ ਚਾਹੀਦੇ ਨਰਮਨ ਵੀ ਚਾਹੀਦੇ ਝੋਨਾ ਨੂੰ ਵੀ ਚਾਹੀਦੇ ਕਣਕ ਨੂੰ ਵੀ ਚਾਹੀਦੇ ਜੀ ਤੇ ਵਿਚਾਲੇ ਦਾਲਾਂ ਦੀ ਫਸਲ ਲੋਗੋ ਫੇਰ ਚੰਗੀ ਫਸਲ ਹੋਣੀ ਚਾਹੀਦੀ ਅਸੀਂ ਜਿਹੜੀ ਕਣਕ ਬੰਸੀ ਬੀਜਦੇ ਉਹਦੇ ਕੋਲ 16% ਪ੍ਰੋਟੀਨ ਹੈ ਹਾਂ 1482 ਦੇ ਅੰਦਰ 12% ਪ੍ਰੋਟੀਨ ਹੈ ਅਸੀਂ ਹੁਣ 32 ਪ੍ਰਕਾਰ ਦੇ ਤੋਂ ਫਸਲਾਂ ਲੈ ਰਹੇ ਅਲੱਗ ਅਲੱਗ ਫਸਲ ਅੱਛਾ ਸਾਹਮਣੇ ਝਾੜੀ ਦੀ ਅੱਛਾ ਔਰ 38 ਪ੍ਰਕਾਰ ਦੇ ਸਾਡੇ ਫਲਾਂ ਦੇ ਬੂਟੇ ਹੈ ਅੱਛਾ ਜੀ 5 ਪ੍ਰਕਾਰ ਦੇ ਸਾਡੇ ਕੋਲ 11,000 ਰੁੱਖ ਹੈ 5 ਪ੍ਰਕਾਰ ਦੇ ਸਾਡੇ ਜਿਹੜੇ ਟਿੰਬਰ ਕਹਿੰਦੇ ਹੋ ਆਪਾਂ ਕਹਿ ਦਿਓ ਵੀ ਫੋਰੈਸਟਰੀ ਜੀ 5 ਪ੍ਰਕਾਰ ਦੇ ਫੋਰੈਸਟਰੀ ਦੇ ਟ੍ਰੀਸ ਹੈ ਸਾਡੇ ਕੋਲ ਝਾੜ ਹਨਾ ਜਦੋਂ ਫਸਲ ਵੱਢਦੇ ਆ ਤੇ ਨਾਲ ਨਾਲ ਮੰਡੀ ਸੜ ਦਿੰਦੇ ਸਰਕਾਰੀ ਰੇਟ ਤੇ ਪਰ ਕਿਤੇ ਨਾ ਕਿਤੇ ਜੇ ਪ੍ਰੋਸੈਸਿੰਗ ਕੀਤੀ ਜਾਵੇ ਜੇ ਆਪ ਹੀ ਸੇਲ ਕੀਤੀ ਜਾਵੇ ਮਾਰਕੀਟ ਦੇ ਵਿੱਚ ਉਹਦਾ ਮੁਨਾਫਾ ਜ਼ਿਆਦਾ ਹੁੰਦਾ ਦੇਖੋ ਜੀ ਕਿਸਾਨ ਨੂੰ ਉੱਚੇ ਰਸਤੇ ਯੂਨੀਵਰਸਿਟੀ ਨੇ ਲਾਤਾ ਸਾਰੀ ਕੰਪਨੀਆਂ ਦੇ ਕਹਿਣ ਦੇ ਉਹਨੂੰ ਆਪ ਦੇ ਉੱਤੇ ਨਿਰਭਰ ਨਹੀਂ ਹੈ ਕਿਸਾਨ ਕਦੀ ਵੀ ਪੈਸੇ ਦੀ ਤਰਫ ਜਾਂਦਾ ਹੀ ਨਹੀਂ ਸੀ ਅੱਛਾ ਕਿਸਾਨ ਪੈਦਾ ਕਰਦਾ ਸੀ ਕਿਸਾਨ ਫਸਲ ਤੋਂ ਟੰਗਦਾ ਦੇਖਿਆ ਤੁਸੀਂ ਹਾਂ ਪੈਸੇ ਜੇਬ ਉੱਡ ਡਿੱਗਦੇ ਨੇ ਦੇਖੇ ਹਾਂ ਉਹ ਕੈਮੀਕਲ ਕੰਪਨੀ ਯੂਨੀਵਰਸਿਟੀ ਐਗਰੀਕਲਚਰ ਡਿਪਾਰਟਮੈਂਟ ਉਹ ਦਿਖਾ ਰਿਹਾ ਵੀ ਕਿਸਾਨ ਕੈਮੀਕਲ ਪਾਉਣਗੇ ਤਾਂ ਪੈਸੇ ਪੈਸੇ ਹੋ ਜਾਣਗੇ ਅਜੇ ਕਿਸਾਨ ਕੋਲ ਪੈਸੇ ਨਹੀਂ ਹੋਏ ਕੰਪਨੀ ਕੋਲ ਹੋਏ ਦੇਸ਼ ਵਿਦੇਸ਼ਾਂ ਦੇ ਵਿੱਚ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਧੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਨਦਾਤਾ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਵਿਸ਼ੇਸ਼ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਇਆ ਹਾਂ ਅੱਜ ਮੈਂ ਹਬੋਰ ਦੇ ਨਾਲ ਲੱਗਦੇ ਇੱਕ ਪਿੰਡ ਦੇ ਵਿੱਚ ਹਾਂ ਅਤੇ ਜਿੱਥੇ ਕਿ ਇੱਕ ਨੈਚੁਰਲ ਫਾਰਮਿੰਗ ਦਾ ਬਹੁਤ ਵੱਡਾ ਫਾਰਮ ਬਣਿਆ ਹੋਇਆ ਅਤੇ ਅੱਜ ਅਸੀਂ ਉਸੇ ਫਾਰਮ 'ਚ ਮੌਜੂਦ ਹਾਂ ਅਤੇ ਉੱਥੋਂ ਦੇ ਜੋ ਓਨਰ ਨੇ ਸਾਡੇ ਨਾਲ ਮੌਜੂਦ ਨੇ ਅਤੇ ਸਭ ਤੋਂ ਪਹਿਲਾਂ ਵੈਲਕਮ ਕਰਦੇ ਅਤੇ ਜਾਣਦੇ ਕਿ ਇਸ ਫਾਰਮ ਦੇ ਵਿੱਚ ਉਹ ਕੀ ਕੁਝ ਕਰ ਰਹੇ ਨੇ ਸੋ ਸਵਾਗਤ ਹੈ ਵਿਨੋਦ ਕੁਮਾਰ ਜੈਨੀ ਸਾਹਿਬ ਦਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਬਹੁਤ ਸ਼ਾਨਦਾਰ ਫਾਰਮ ਬਣਿਆ ਅਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਫਾਰਮ ਕਿੰਨੇ ਏਕੜ 'ਚ ਬਣਿਆ ਗਿਆ ਅਸੀਂ 130 ਏਕੜ ਦਾ ਫਾਰਮ ਹੈ ਟੋਟਲੀ ਅੱਛਾ ਸਾਡਾ ਪਰਿਵਾਰ ਜੀ ਦਾ ਫਾਰਮ ਹੈ ਫਾਰਮ ਦਾ ਪੂਰੀ ਫੈਮਿਲੀ ਦਾ ਤੇ 130 ਏਕੜ ਸਾਡੇ ਇਕੱਠਾ ਇੱਕ ਟੱਕ ਹੈ ਅੱਛਾ ਬਹੁਤ ਵੱਡਾ ਫਾਰਮ ਹੈ ਹਾਂਜੀ ਅਤੇ ਇਸ ਫਾਰਮ ਦੇ ਵਿੱਚ ਤੁਸੀਂ ਕੀ ਕੁਛ ਮਤਲਬ ਕਰ ਰਹੇ ਹੋ ਅਸੀਂ ਦੇਖੋ ਜੀ 1861 ਦੀ ਸਾਡਾ ਪਿੰਡ ਅਲੋਟ ਹੋਇਆ ਸੀ ਤੇ ਸਾਡੀ ਮੈਂ 6th ਜਨਰੇਸ਼ਨ ਆ ਚੌਧਰੀ ਕਿਸ਼ਨ ਰਾਮ ਜਾਨੀ ਨੂੰ ਹਾਂਜੀ ਅਤੇ ਸਾਰਾ ਪਿੰਡ ਕਟੇੜਾ ਪਿੰਡ ਉਹ ਸਾਡੀ ਇੱਕ ਜੈਨੀ ਫੈਮਿਲੀ ਦਾ ਹੈ ਅਤੇ ਇੱਥੇ ਜਦੋਂ ਮੈਂ ਐੱਮ ਏ ਕਰਕੇ ਆਏ ਸੀ 1990 ਦੇ ਵਿੱਚ ਚੰਡੀਗੜ੍ਹ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਦੇ ਬਾਅਦ ਖੇਤੀ ਕਰ ਰਹੇ ਸੀ ਇੱਥੇ ਪਹਿਲੇ ਵੀ ਖੇਤੀ ਹੋ ਰਹੀ ਸੀ ਬਟ ਜਿਹੜੇ ਬਦਲਾਅ ਆਇਆ ਸਨ 2005 ਦੇ ਅੰਦਰ 2005 ਦੇ ਬਾਅਦ ਮੈਂ ਇੱਥੇ ਇੱਕ ਦਿਨ ਦੇ ਅੰਦਰ ਪੂਰੇ ਫਾਰਮ ਨੂੰ ਕੈਮੀਕਲ ਛੱਡ ਕੇ ਕੁਦਰਤੀ ਖੇਤੀ ਵੱਲ ਲੈ ਕੇ ਆਇਆ ਇੱਕ ਦਿਨ ਦੇ ਅੰਦਰ ਪੂਰੇ 130 ਏਕੜ ਨੂੰ ਅੱਛਾ ਤੇ ਇਹਦੇ ਵਿੱਚ ਇੱਕ ਦਿਨ ਦੇ ਵਿੱਚ 130 ਏਕੜ ਨੂੰ ਕੁਦਰਤੀ ਖੇਤੀ ਵੱਲ ਲਿਆਉਣਾ ਬਹੁਤ ਵੱਡਾ ਟਾਸਕ ਬਣ ਜਾਂਦਾ ਤੇ ਕਿੰਨੇ ਸਾਲ ਲੱਗ ਗਏ ਮਤਲਬ ਹੁਣ ਪ੍ਰੋਪਰ ਮਤਲਬ ਔਰਗੈਨਿਕ ਹੋਣ ਤੇ ਫਸਲ ਨੂੰ ਦੇਖੋ ਜੀ 2005 ਦੇ ਅੰਦਰ ਇੱਕ ਦਿਨ ਦੇ ਅੰਦਰ ਆ ਫੈਸਲਾ 130 ਏਕੜ ਨੂੰ ਕੁਦਰਤੀ ਤੇ ਲੈ ਕੇ ਆਉਣ ਦਾ ਆ ਫੈਸਲਾ ਮਨ ਦੇ ਵਿੱਚ ਆਇਆ ਤਾਂ ਦੁਨੀਆ ਦੇ ਕੋਈ ਕੇਵਲ ਇੱਕ ਉਦਾਹਰਨ ਹੈ ਵੀ ਇੰਨਾ ਵੱਡਾ ਫਾਰਮ ਇੱਕ ਦੇ ਅੰਦਰ ਕੈਮੀਕਲ ਛੱਡ ਕੇ ਇੱਧਰ ਆਏ ਇਹਦੇ ਵਿੱਚ ਬੜਾ ਜ਼ਿਆਦਾ ਵੱਡਾ ਕਾਰਨ ਆ ਸੀ ਵੀ ਪਹਿਲੇ ਨਰਮਾ ਬਾਗ ਸਾਰੇ ਹੁੰਦੇ ਸੀ ਤੇ ਇੱਕ ਦਿਨ ਨਹੀਂ ਲੱਗਦਾ ਸੀ ਜਿੱਥੇ ਕੈਮੀਕਲ ਜ਼ਹਿਰ ਸਪਰੇਅ ਨਾ ਕਰੀਏ ਕਦੇ ਨਰਮੇ ਨੂੰ ਕਦੇ ਬਾਗ ਨੂੰ ਕਦੇ ਕਣਕ ਨੂੰ ਕਦੇ ਸਰੋਂ ਨੂੰ ਰੋਜ਼ ਇੱਕ ਰੂਟੀਨ ਕੰਮ ਚੱਲਦਾ ਆਉਂਦਾ ਸੀ ਫਿਰ ਮੇਰਾ ਮਨ ਇਵੇਂ ਆਉਂਦਾ ਵੀ ਕੈਮੀਕਲ ਦਾ ਕੋਈ ਅੰਤ ਹੈ ਨਹੀਂ DAP ਪਾਓ ਯੂਰੀਆ ਪਾਓ ਕੈਮੀਕਲ ਸਪਰੇਅ ਕਰੋ ਫਿਰ ਨਦੀਨ ਆ ਗਈ 2005 ਦੇ ਅੰਦਰ BT ਕਾਟਨ ਵੀ ਆ ਗਈ ਫਿਰ ਸਾਰੀ ਕੰਪਨੀਆਂ ਨੇ ਸਾਰਾ ਕੁਝ ਕੰਟਰੋਲ ਕਰ ਲਿਆ ਅਤੇ ਮੇਰੇ ਰੱਬ ਦੀ ਕਿਰਪਾ ਮੰਨੋ ਤੁਸੀਂ ਇਹ ਫਾਜ਼ਿਲਕਾ ਮੀਟਿੰਗ ਹੋਈ ਖੇਤੀ ਵਿਰਾਸਤ ਮਿਸ਼ਨ ਅਮਰਿੰਦਰ ਦੱਤ ਜੀ ਆਏ ਸੀ ਜੀ ਉਹਦੇ ਬਾਅਦ ਮਨੋਹਰ ਬਹੁਪਰੂਚਰੇ ਜੀ ਆਏ ਹੋਏ ਸੀ ਨਾਗਪੁਰ ਤੋਂ
हाई कोर्ट के प्रेजिडेंट भी रहे ने जी, तो सारे कुछ कृष्ण जाखड़ जी सी राजस्थान तो उन्हें सारे ने आज दसा भी कुदरती खेती पर एक दिन के अंदर मेरे मन से स्ट्राइक हुई जी एक दूजा भी रस्ता भी कैमिकल का कोई अंत है नहीं जी। आज साल कैमिकल का जो डोज है खादा का डोज है हाँ जी आप बधाई जाते घटाते नहीं जी। इवें कैमिकल का बीज भी हम कंट्रोल होने लगे ब्यूटी बीजी आ गए पहले हाइब्रिड आया जी, तो साढ़े किसानों को कुछ रहना नहीं हाँ जी। और साडे जिहड़े स्टाफ कर्मचारी ओह पूरे दिन जहर दी जहर कर रहे हैं, उन्हां दा की हाल होना, ओह भी किसी दे पुत्त है किसी दे प्यो है, पूरे दिन जहर दे अंदर रहना, फिर उन्हां साबण देने नींबू पानी देना ना के जाओ। तो साडे पिंडां दे चा वेखे सवेरे नाल दे जिहड़े मुंडे फुटबॉल खेडदे सी ਉਹ ਸਾਰੇ ਬਿਮਾਰ ਥੱਕੇ ਪਏ ਨੇ। ਤੇ ਮੈਂ ਕਿਹਾ ਬੰਦਿਆਂ ਦੇ ਵੀ ਅਸਰ ਹੋ ਰਿਹਾ, ਜ਼ਮੀਨ ਨੂੰ ਵੀ ਅਸਰ ਹੋ ਰਿਹਾ। ਤੇ ਕੁਦਰਤੀ ਖੇਤੀ ਲਾਉਣ ਦੇ ਵਿੱਚ ਆ ਬੜਾ ਇੱਕ ਦਿਨ ਦੇ ਅੰਦਰ ਫੈਸਲਾ ਲਿੱਤਾ ਸੀ ਜਿੱਥੇ ਜੀ, ਤੇ ਉਹਦੇ ਬਾਅਦ ਹੀ ਮੈਂ ਟ੍ਰੇਨਿੰਗ ਲਿੱਤੀ ਹੈ, ਪਹਿਲੇ ਕੋਈ ਟ੍ਰੇਨਿੰਗ ਨਹੀਂ ਸੀ। ਅੱਛਾ, ਤੇ ਉਹਦੇ ਬਾਅਦ ਹੀ ਜਿਹੜੀ ਟ੍ਰੇਨਿੰਗ ਹੈ ਤੇ ਬੜੀ ਫੈਸਲਾ ਲਿਆ, ਪਹਿਲੇ ਫੈਸਲਾ ਲਿਆ ਬਾਅਦ ਹੀ ਟ੍ਰੇਨਿੰਗ ਲਿੱਤੀ। ਟ੍ਰੇਨਿੰਗ ਲਿੱਤੀ ਹਾਂਜੀ, ਬਹੁਤ ਵੱਡਾ ਫੈਸਲਾ ਹੈ, ਇੱਕ 130 ਏਕੜ ਨੂੰ ਕਨਵਰਟ ਕਰਨਾ ਔਰਗੈਨਿਕ ਦੇ ਵਿੱਚ। ਤੇ ਦੂਸਰੀ ਗੱਲ ਇਹ ਹੈ ਕਿਉਂਕਿ ਹਰ ਇੱਕ ਕਿਸਾਨ ਦੇ ਦਿਮਾਗ ਦੇ ਵਿੱਚ ਹੁੰਦਾ ਯਾਰ ਮੈਂ ਔਰਗੈਨਿਕ ਕਰ ਲਾਂ ਕਿਤੇ ਮੇਰਾ ਝਾੜ ਨਾ ਘੱਟ ਜੇ, ਤੇ ਦਿਮਾਗ ਦੇ ਵਿੱਚ ਕਦੇ ਜ਼ਹਿਨ ਦੇ ਵਿੱਚ ਨਹੀਂ ਆਵੀ ਯਾਰ ਕਿਤੇ ਝਾੜ ਨਾ ਘਟਾ ਗਏ ਜੀ ਉਸਨੂੰ। ਅੱਜ ਰੱਬ ਦੀ ਕਿਰਪਾ ਕਿਰਪਾ ਹੋਈ ਤੇ ਮਾੜੇ ਪਾਸੇ ਵੇਖੇ ਨਹੀਂ, ਮਾੜੇ ਪਾਸੇ ਵੀ ਝਾੜ ਕਟੋਏ। ਕੁਦਰਤੀ ਪਾ ਦਿੰਦੇ ਕੱਲ ਨੂੰ ਆਪਣਾ ਖੇਤ ਇੰਨਾ ਸੁੰਦਰ ਹੋਏਗਾ, ਲੋਕ ਵੇਖਣ ਆਉਣਗੇ। ਮੈਂ ਮੇਰੇ ਦੋਸਤ ਤੋਂ ਮੈਨੂੰ ਕਹਿੰਦੇ ਸੀ ਕਿ ਤੁਸੀਂ ਆ ਕੀ ਕਰੋ, ਮੈਂ ਇੱਕ ਦਿਨ ਤੁਹਾਡੀ ਟਿਕਟ ਲੱਗਣੀ ਹੈ, ਇੱਥੇ ਤੁਸੀਂ ਆਓਗੇ ਤੇ ਮੇਰੇ ਫਾਰਮ ਨੂੰ ਵੇਖਣ ਤੁਹਾਡੀ ਟਿਕਟ ਲੱਗਣੀ ਹੈ। ਉਹ ਕਹਿੰਦੇ ਵੀ ਕਹਿੰਦੇ ਹੋ ਸਕਦੇ ਤੁਹਾਡੇ ਅੱਜ ਸਾਹਮਣੇ ਤੁਹਾਡੇ ਦੇਖੋ ਜੀ ਚਾਰ ਮੁੰਡੇ ਆ ਰੱਖੇ ਆ, ਆਨ ਪੇ ਕਰਕੇ ਇੱਥੇ ਸਵਿਮਿੰਗ ਕਰਕੇ ਜਾਣਗੇ। ਅੱਛਾ, ਆ ਸਟੂਡੈਂਟ ਸਾਡੇ ਕੋਲ ਹੈ, ਆ ਆਪਣੇ ਬਾਬਾ ਫਰੀਦ ਕਾਲਜ ਦੇ ਬਠਿੰਡਾ ਤੋਂ ਹੈ, ਆ ਇੰਟਰਨਸ਼ਿਪ ਕਰ ਰਹੇ ਹੈ। ਆ ਪਹਿਲੇ ਮੈਂ ਹੱਸਦਾ ਸੀ 2005-06 ਦੇ, ਸਾਰੇ ਮੈਨੂੰ ਮਜ਼ਾਕ ਕਰਦੇ ਸੀ ਕਿ ਇਵੇਂ ਕਦੇ ਹੋ ਸਕਦੇ, ਇਵੇਂ ਹੀ ਹੋਣਾ ਹੈ, ਇਵੇਂ ਹੀ ਹੋਣਾ ਹੈ। ਅੱਜ 18 ਸਾਲ ਬਾਅਦ ਮੇਰੇ ਲੋਕਡਾਊਨ ਪਹਿਲੇ 2019 ਦੇ ਅੰਦਰ 40,000 ਫੁੱਟਫਾਲ ਹੋਏ ਫਾਰਮ ਦੇ, 40,000। ਔਰ ਇੰਟਰਨਸ਼ਿਪ ਜਿਹੜੇ ਸਟੂਡੈਂਟਸ ਆਪਣੇ ਆਪ ਦੋ ਅੱਜ ਪੜ੍ਹਨ ਆਏ ਹੈ, ਇਵੇਂ ਮੇਰੇ ਕੋਲ 400-500 ਸਟੂਡੈਂਟਸ ਇੰਡੀਆ ਇੰਡੀਆ ਦੇ ਪੜ੍ਹੇ ਹੈ। ਆਦੇਸ਼ ਕਾਲਜ ਦੇ ਆ ਗਏ ਫਰੀਦਕੋਟ ਤੋਂ, ਮੁਕਤਸਰੋਂ, ਬਾਬਾ ਈਸਰ ਸਿੰਘ ਗਰੁੱਪ ਆਫ ਕਾਲਜ ਮੋਗਾ ਦੇ ਆ ਗਏ, DAV ਜਲੰਧਰੋਂ, DAV ਅਬੋਹਰੋਂ, ਬਾਬਾ ਫਿਰੋਜ਼ ਸ਼ਾਹ ਕਾਲਜ, ਦੇਵਰਾਜ ਕਾਲਜ, ਅੱਛਾ ਚਿਤਕਾਰਾ ਚੰਡੀਗੜ੍ਹ ਤੋਂ, ਆਦਿ ਕਾਲਜ ਸਟੂਡੈਂਟ ਇੰਟਰਨਸ਼ਿਪ ਰਹੇ। ਅਤੇ ਸਕੂਲ ਦੇ ਬੱਚੇ ਘੱਟੋ ਘੱਟ ਸਕੂਲ ਹੈ, ਗਗਨਨਗਰ ਹੈ, ਬਠਿੰਡਾ ਹੈ, ਮਾਲਵਾ ਸਕੂਲ ਹੈ, DPS ਬਠਿੰਡਾ ਹੈ, ਸਿਲਵਰ ਓਕ ਹੈ, ਇਵੇਂ ਦਿੱਲੀ ਦੇ ਹਰੀਟੇਜ ਸਕੂਲ, ਚੰਡੀਗੜ੍ਹ ਦੇ ਸਕੂਲ, ਉੱਥੇ ਦੇ ਬੱਚੇ ਨਾਈਟ ਸਟੇ ਕਰਕੇ ਟ੍ਰੇਨਿੰਗ ਲੈ ਕੇ ਜਾਂਦੇ, ਟ੍ਰੇਨਿੰਗ ਲੈ ਕੇ ਜਾਂਦੇ। ਜੈਨ ਸਾਹਿਬ ਇੱਕ ਹੋਰ ਗੱਲ ਹੈਗੀ ਹੈ, 130 ਏਕੜ ਫਾਰਮ ਤੁਸੀਂ ਮਤਲਬ ਖੇਤੀ ਕਿਸ ਦੀ ਕਰਦੇ ਹੋ, ਕਿੰਨੇ ਫਰੂਟ ਹੈ ਅਤੇ ਕਿਹੜੀ ਕਿਹੜੀ ਚੀਜ਼ ਇੱਥੇ ਤੁਸੀਂ ਉਗਾਉਂਦੇ ਹੋ? ਜਿਹੜੇ ਜੀ ਕੁਦਰਤੀ ਖੇਤੀ ਦਾ ਇੱਕ ਜਿਹੜੇ ਕਈ ਪ੍ਰਿੰਸੀਪਲ ਹੈ, ਇੱਕ ਪ੍ਰਿੰਸੀਪਲ ਹੈ ਇੰਟਰ ਕ੍ਰੋਪਿੰਗ ਔਰ ਮਿਕਸ ਕ੍ਰੋਪਿੰਗ, ਅੱਛਾ, ਔਰ ਕ੍ਰੋਪ ਰੋਟੇਸ਼ਨ, ਠੀਕ ਹੈ। ਕ੍ਰੋਪ ਰੋਟੇਸ਼ਨ ਵੀ ਇੱਕ ਫਸਲ ਦੇ ਬਾਅਦ ਦੂਜੀ ਫਸਲ ਲੈਣੀ, ਅੱਛਾ, ਹੈ ਤਾਂ ਤੁਸੀਂ ਇਕੱਲੀ ਕਣਕ ਝੋਨਾ ਲਓ ਜਾਂ ਕਣਕ ਕਣਕ ਅਤੇ ਨਰਮਾ ਲਓ, ਫਿਰ ਨਹੀਂ ਲੈ ਸਕਦੇ, ਦੋਨਾਂ ਨੂੰ ਨਾਈਟ੍ਰੋਜਨ ਚਾਹੀਦਾ। ਅੱਛਾ, ਵਿਚਾਲੇ ਦਾਲਾਂ ਦੀ ਫਸਲ ਲੈਣੀ ਪਏਗੀ, ਲੈਣੀ ਪਏਗੀ, ਹਾਂ, ਅਤੇ ਚੰਗੀ ਖੇਤੀ ਕਰਨ ਵਾਸਤੇ, ਠੀਕ ਹੈ। ਮਤਲਬ ਕਿ ਜੇ ਆਪਾਂ ਕਣਕ ਦੇ ਝੋਨੇ ਦੇ ਵਿੱਚ ਦਾਲ ਲਾਉਣੀ ਪਊਗੀ, ਲਾਉਣੀ ਪਏਗੀ ਨਾਈਟ੍ਰੋਜਨ ਦੇਣ ਵਾਸਤੇ ਜ਼ਮੀਨ ਨੂੰ। ਅੱਛਾ, ਜੇ ਦੋਨੋਂ ਨਾਈਟ੍ਰੋਜਨ ਚਾਹੀਦੇ, ਨਰਮੇ ਨੂੰ ਵੀ ਚਾਹੀਦੇ, ਝੋਨੇ ਨੂੰ ਵੀ ਚਾਹੀਦੇ, ਕਣਕ ਨੂੰ ਵੀ ਚਾਹੀਦੇ ਜੀ, ਅਤੇ ਵਿਚਾਲੇ ਦਾਲਾਂ ਦੀ ਫਸਲ ਲਓਗੇ ਫਿਰ ਚੰਗੀ ਫਸਲ ਹੋਏਗੀ ਤੁਹਾਡੀ। ਅੱਛਾ, ਇਸ ਕਰਕੇ ਤੁਹਾਡੇ ਕਿ ਫਸਲ ਦੀ ਭਿੰਨਤਾ ਹੋ ਜਾਂਦੀ ਹੈ, ਠੀਕ ਹੈ। ਅਸੀਂ ਹੁਣ 32 ਪ੍ਰਕਾਰ ਦੇ ਤੋਂ ਫਸਲਾਂ ਲੈ ਰਹੇ ਹਾਂ, ਅਲੱਗ ਅਲੱਗ ਫਸਲ, ਅੱਛਾ, ਸਾਵਣੀ ਦਿਹਾੜੀ ਦੀ, ਅੱਛਾ, ਔਰ 38 ਪ੍ਰਕਾਰ ਦੇ ਸਾਡੇ ਫਲਾਂ ਦੇ ਬੂਟੇ ਹੈ, ਅੱਛਾ ਜੀ, 5 ਪ੍ਰਕਾਰ ਦੇ ਸਾਡੇ ਕੋਲ 11,000 ਰੁੱਖ ਹੈ, 5 ਪ੍ਰਕਾਰ ਦੇ ਸਾਡੇ ਜਿਹੜੇ ਟਿੰਬਰ ਕਹਿੰਦੇ ਹੋ ਆਪਾਂ ਕਹਿ ਦਿਓ ਵੀ ਫੋਰੈਸਟਰੀ ਜੀ, 5 ਪ੍ਰਕਾਰ ਦੇ ਫੋਰੈਸਟਰੀ ਦੇ ਟ੍ਰੀਜ਼ ਹੈ ਸਾਡੇ ਕੋਲ, ਅੱਛਾ, ਔਰ ਬੜੇ ਇਵੇਂ ਸ਼ੇਡ ਟ੍ਰੀਜ਼ ਹੈ, ਔਰ ਫਿਰ ਜਿਹੜੇ ਰੁੱਖ ਹੈ ਜਿਹੜੇ ਨਾਈਟ੍ਰੋਜਨ ਦੇਣ ਵਾਲੇ, ਜੰਡ ਹੋ ਗਏ, ਸੁਆਂਜਰੇ ਹੋ ਗਏ, ਸੁਆਂਜਰੇ ਨਾਲ ਫਲੀਆਂ ਦਿੰਦੇ ਆ, ਨਾਲ ਨਾਈਟ੍ਰੋਜਨ ਦਿੰਦੇ ਆ, ਇਵੇਂ ਜੰਡ ਹੈ, ਜੰਡ ਨਾਈਟ੍ਰੋਜਨ ਦਿੰਦੇ ਹੈ, ਔਰ ਖੇਤ ਦੇ ਬਾਹਰ ਬਾੜ ਲਗਾਈ, ਅਸੀਂ 2,000 ਬੂਟੇ ਸਾਡੇ ਕੋਲ ਕਰਾਉਂਦੇ ਕਰਾਉਂਦੇ ਦੇ ਹੈ, ਅੱਛਾ, ਕਰਾਉਂਦੇ ਸਾਨੂੰ ਫਲ ਵੀ ਦਿੰਦੇ ਆ, ਨਾਲ ਬਾੜ ਵੀ ਕਰਦੇ ਆ, ਉਹਦੇ ਕੰਢੇ ਹੁੰਦੇ ਆ, ਦੂਜੇ ਕੋਈ ਬੇਸਾਰਾ ਪਸ਼ੂ ਵਗੈਰਾ ਨਾ ਆ ਸਕੇ ਜੀ, ਇਵੇਂ ਸਾਰੀ ਚੀਜ਼ਾਂ ਵੀ ਤੁਸੀਂ ਇੰਨੀ ਭਿੰਨਤਾ ਰੱਖਣੀ ਪਏਗੀ ਜਦੋਂ ਚੰਗੀ ਤਰ੍ਹਾਂ ਕੁਦਰਤੀ ਖੇਤੀ ਕਰ ਸਕਦੇ। ਕੁਦਰਤੀ ਖੇਤੀ ਇਹ ਮਤਲਬ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਫਰੂਟ ਹੈ ਜਾਂ ਸਾਰਾ ਕੁਛ ਹੈ, ਇਹਦੀ ਪੂਰੇ ਸਾਰੀ ਦੇਖ ਰੇਖ ਕਰਨ ਦੇ ਲਈ ਵੀ ਮੈਨ ਪਾਵਰ ਚਾਹੀਦੀ ਆ, ਸਾਰਾ ਕੁਛ, ਤੇ ਉਹ ਮੈਨ ਪਾਵਰ ਦਾ ਫਿਰ ਕਿੱਦਾਂ ਆਰਗੇਨਾਈਜ਼ ਕਰਦੇ? ਦੇਖੋ ਜੀ, ਅਸੀਂ ਇਹ ਕੁਦਰਤੀ ਖੇਤੀ ਕਰ ਰਹੇ ਹਾਂ, ਜਿਹੜੇ ਸਮਾਨ ਅਸੀਂ ਪੈਦਾ ਕਰਦੇ ਉਹ ਪ੍ਰੋਸੈਸ ਵੀ ਕਰ ਰਹੇ ਹਾਂ, ਅੱਛਾ, ਸਾਡੇ ਫਾਰਮ ਟੂਰਿਜ਼ਮ ਵੀ ਚੱਲ ਰਹੇ ਹੈ, ਕੁੱਲ ਮਿਲਾ ਕੇ ਸਾਡੇ ਕੋਲ 18-20 ਲੋਕਾਂ ਨੂੰ ਤੋਂ ਪਰਮਨੈਂਟ ਇੰਪਲੋਇਮੈਂਟ ਹੈ, ਅੱਛਾ, ਹੈ, ਤੇ ਰੋਜ਼ਗਾਰ ਵੀ ਦੇ ਰੱਖਿਆ 20 ਬੰਦਿਆਂ ਤੋਂ ਪਰਮਨੈਂਟ, ਔਰ ਜਿਹੜੇ ਡੇਲੀ ਵੇਜਿਸ ਜਾਂ ਠੇਕੇ ਦੇ ਦਿੰਦੇ ਹੈ ਉਹ ਅਲੱਗ ਅਲੱਗ ਆ ਜਾਂਦੇ, ਤੇ ਸਾਲ ਦੇ ਅੰਦਰ 30-40 ਲੋਕਾਂ ਨੂੰ ਰੋਜ਼ ਦਾ ਰੋਜ਼ਗਾਰ ਮਿਲਦਾ ਇੱਥੇ, ਅੱਛਾ, ਉਹੀ ਚੰਗੇ ਸਿਹਤ
कोई कैमिकल नहीं, कोई जहर नहीं, चंगे वातावरण 11,000 रुक है, चारों पास छां होंदी है, साढ़े इतने टेंपरेचर है साढ़े पिंड के अंदर 5 डिग्री घट होंगे गर्मियों के अंदर। अच्छा। और शहर के अंदर 70 डिग्री घट है, कोई लोग आते हैं ए सी उतरते कहते इतने तो ए सी की लड़ ही नहीं, इवें महसूस करते हैं भी साढ़े टेंपरेचर डाउन कर लिया। जो गल यही है कि जी अलग अलग तरह की तुर की भी गल करते अलग अलग तरह की खेती की गल की है, तो जिहड़ा इत्थे तुसी नैचुरल फार्मिंग जिहड़ी कर रहे हो, लोकी इह कहिंदे आ वी ऑर्गेनिक फार्मिंग दे विच फसलां दे नुकसान होण दे बहुत चांस वध जांदे हैगे आ, फिर नैचुरल वे नाल ऑर्गेनिक वे दे नाल किवें उस सारी चीज़ नूं नुकसान नूं किवें कंट्रोल कीता जांदा, कुछ है उहदा मतलब कोई इहो जिहा तरीका जिहड़े किसान इहनूं बच सकण? देखो जी, आह क्वेश्चन तुसीं पुछे ना, असीं कितें कोई सैमीनार जांदे हैं, वाइस चांसलर भी हो गए, डायरेक्टर हॉर्टीकल्चर हो गए पंजाब दे, एग्रीकल्चर हो गए डायरेक्टर जी, वो सारों पहले क्वेश्चन वही पुछदे हैं। ठीक है, तुसीं तुहाडा झाड़ घटाउंदा है, मेरे डायरेक्टर और वाइस चांसलर ये आई पुछते हैं इतने कुदरती खेती किसानों को फेल करने की कोशिश करते हैं, उन्हें दिमाग दे नहीं भी तुहानू खुराक वजन नहीं चाहिए, तुहानू न्यूट्रिएंट्स चाहिए जी, है असी जी कणक बंसी बीज है 16% प्रोटीन है, 1482 के अंदर 12% प्रोटीन है, है बंसी बीज 14 आ गया, 6% सोलबल शुगर, जेडे लुधियाना यूनिवर्सिटी के वाइस चांसलर अपन कणक दे रहे हैं 30-75 केड़े भी, उसे प्रोटीन 5% ही नहीं है। अच्छा, यूनिवर्सिटी वाली जी कणक तुम 5 रोटी खाओगे साढ़े 1 खाओगे बराबर है। अच्छा, न्यूट्रन बॉडी नूं आफ्टर ऑल न्यूट्रन चाहिए, रोटी कोई टिड नहीं भरना, सानू एनर्जी चाहिए है, साढ़े देसी कणकों के अंदर देसी दालों के अंदर उस एनर्जी ज़्यादा है, तो वह सानू उधर ला लेंगे, असं कहते असं देसी बीज बेचते हैं, तुम बंसी कणक बीज लो वो तुम 12 क्विंटल देनी है, पाओ 10 कट्टे यूरिया पा दो। अच्छा, और ना पाओ तो ही 12 होनी है, हैं और जो यूनिवर्सिटी जोड़े पे वाइस चांसलर साहब दसते हैं ढिलों साहब दसते हैं असं 20 क्विंटल ले रहे हैं, 20 क्विंटल वो लेंगे जो 5 क्विंटल नाइट्रोजन पाते 2 क्विंटल 2 कट्टे DAP पाते हैं, उन्होंने कहते DAP से नाइट्रोजन ना पाओ वो 5 क्विंटल ही नहीं होनी, उस तो ये कैमिकल के सिर से 20 क्विंटल होंगी है, और साड़ी बंसी है बिना कैमिकल और ए विद कैमिकल करो तो 12 क्विंटल ही होनी है, ज्यादा 12 क्विंटल ही होनी है, हां 15 क्विंटल होनी नहीं। अच्छा, उसकी क्षमता ही नहीं है, बट उसके 16% प्रोटीन है, जिथे यूनिवर्सिटी वाली जी कणक है उसके अंदर 7% प्रोटीन नहीं है। कणक तुसीं सेल भी करते हो? साडी कणक सारी एडवांस बुकिंग से असीं सेल करते हैं, सारी कणक बुकिंग होंदी है, साडे कस्टमर 2005 दे कस्टमर भी बड़े 20-30 कस्टमर 2005 दे चले आ रहे हैं। फिर रेट वही रखते हो सरकार? नहीं, असी कणक का रेट को साढ़े 4 घटे, असी जो बंसी कणक है वो अज के दिन 6,000 रुपये क्विंटल बेच रहे हैं, 6,000 हाँ, खपली है जो सारों ज्यादा ग्लूटिन कम है, वर्ल्ड की बेस्ट बॉम्बे तो बिकती है 12,000, असी 8,000 बेच रहे हैं। अच्छा, सोना मोती 7,000 है, 1482 जी कणक चंगी वह चार चंगा हो जाता 14 क्विंटल तक हो जाता है, उन्होंने असी 5,000 की बेच रहे हैं, 5,000 हाँ, रेट तो ज्यादा है, रेट ज्यादा है जी, फिर चार घटे रेट ज्यादा है, तो एक बंदे ने साल के अंदर 1 क्विंटल 25 किलो कणक खानी है, मान लो है इन्नी खानी पूरे 365 दिन, तुम मैं 5,000 दे के खा रहे हो और के और जे 100 क्विंटल 6,000 रुपये लगे, कोई कैमिकल जहर वाली 3,075 रुपये लुधियाना तैयार कर दी है, वो तुम खाओगे 100 क्विंटल 3,000 की खाओगे, मेरी 6 की खा रहे हो, 3,000 के अंदर 40% डाइट जहर मुक्त होगी, रोटी सुबह खाने, रोटी शाम को खाने, सुबह परौंठे खाने, कणक दे खाने, बिल्कुल, तो 40% डाइट 3,000 के अंदर जहर मुक्त होगी, और तरह की चाहिए। नैणी साहब, एक होर मैं गल बड़ी फिर सोच रहा सी मैं कि किसान अगर चाहे तो मतलब कमाई दे च किवें वाधा कर सकता है, ते जे आपां वेखीए बाकी किसानां दी गल ओह झाड़ हणा जदों वी फसल वढ़दे आ ते नाल नाल मंडी सड़ दिंदे सरकारी रेट ते, पर किते ना किते जे प्रोसैसिंग कीती जावे, जे आप ही सेल कीती जावे मार्केट दे विच उहदा मुनाफा ज्यादा हुंदा, तुसीं उह लै वी रहे हो? देखो जी, एक गल है भी किसान कभी भी पैसे की तरफ जाते नहीं सी। अच्छा, किसान पैदा करता सी, किसान दे भंडार भरे होंदे सी, कोई भी किसान साढ़े चले जाओ वो करते सरों का तेल छोले दालां दूलां मझां गायां रखी घ्यो कुछ सारा आप दा होंदा सी, है किसान दा, किसान दा, ठीक है ना, हुण की होया जाके उत्थे यूनिवर्सिटी अंदर उस बाद की कीते उन्होंने पैसे की तरफ ले गए, थोड़ी आमदनी की कमर्शलाइज करता है, वाइस चांसलर पूछेंगे एग्रीकल्चर सैकटरी चीफ एग्रीकल्चर सैकटरी पूछेंगे पंजाब के कमाई की कर दे, किसान ला दिया कंपनी भी कहें कि फोटो दिखाते भी आ कैमिकल पाओ, किसान की जेब के अंदर पैसे निकलते दिखाई दे रहे हैं, किसान के किसी जेब के अंदर पैसे किसान फांसी तो टंगते देखे तुम पैसे जेब वो डिगते नहीं देखे, वो कैमिकल कंपनी यूनिवर्सिटी एग्रीकल्चर डिपार्टमेंट वो दिखा रहा भी किसान कैमिकल पाएंगे तो पैसे पैसे हो जाएंगे, अच्छा किसान को पैसे नहीं हो कंपनी को बीज सारा कंट्रोल हो गया,
ਸਾਡੇ ਦੇਸੀ ਬੀਜ ਹੈ ਸਾਰੇ ਬੀਜ ਸਾਡੇ ਘਰ ਦਾ ਆਪਦਾ ਠੀਕ ਹੈ ਨਾ ਔਰ ਕੈਮੀਕਲ ਕੰਪਨੀ ਹੈ ਉਹਦੇ ਕੋਲ ਆਪਦਾ ਬੀਜ ਹੈ ਸਾਰਾ ਟੋਟਲ ਬੀਜ ਹੈ ਨਾ ਸਾਰਾ ਕੰਟਰੋਲ ਕਰ ਲਿਆ ਅਮਰੀਕਾ ਦੇ ਰਾਸ਼ਟਰਪਤੀ ਦੀ ਸਕੀਮ ਸੀ ਆਪਣੇ ਭਾਰਤ ਦੇ ਜਿਹੜੇ ਚਾਂਸਲਰ ਹੈ ਸਾਰੇ ਫਸ ਗਏ ਹੁਣ ਕਿ ਵੀ ਕੰਟਰੋਲ ਦਾ ਸੀਡ ਵੀ ਕੰਟਰੋਲ ਦਾ ਫੂਡ ਵੀ ਕੰਟਰੋਲ ਦਾ ਫੂਡ ਵੀ ਕੰਟਰੋਲ ਦਾ ਨੇਸ਼ਨ ਆ ਮੋਨਸੈਂਟੋ ਦੀ ਪਾਲਿਸੀ ਸੀ ਹੈ ਉਹਦੇ ਵੀ ਸਾਡੇ ਯੂਨੀਵਰਸਿਟੀਜ਼ ਵਗੈਰਾ ਸਾਰੇ ਫਸ ਗਏ ਤੋ ਅੱਜ ਪੰਜਾਬ ਦੇ ਅੰਦਰ 99.9% ਕਿਸਾਨਾਂ ਕੋਲ ਆਪਦਾ ਇੱਕ ਵੀ ਬੀਜ ਨਹੀਂ ਹੈ ਇੱਕ ਵੀ ਅੱਛਾ 99.9 ਔਰ ਅੱਜ 30 ਸਾਲ ਪਹਿਲੇ ਹਰ ਕਿਸਾਨ ਪਿੰਡਾਂ ਦੇ ਅੰਦਰੋਂ ਬੀਜ ਲੈਂਦੇ ਸੀ ਦੂਜੇ ਪਿੰਡ ਦੇ ਜੇ ਕਣਕ ਕਣਕ ਦਾ ਝਾੜ ਚੰਗਾ ਹੋਇਆ ਸੀ ਸਾਰੇ ਪਿੰਡ ਉਹਦੇ ਕੋਲ ਲੈਂਦੇ ਵੀ ਤੇਰੀ ਕਣਕ ਸਾਨੂੰ ਰੱਖੀ ਨਰਮਾ ਚੰਗਾ ਹੋਇਆ ਸੀ ਐਲਐਸ ਨਰਮਾ ਇਸ ਕਿਹੜੇ ਲਾਭ ਸਿੰਘ ਆਪਣੇ ਲਾਭ ਸਿੰਘ ਸਰਦਾਰ ਜੀ ਸੀ ਉਹਨਾਂ ਨੇ ਸਿਲੈਕਸ਼ਨ ਕੀਤਾ ਉਹ ਪੂਰੇ ਪੰਜਾਬ ਨੇ ਐਲਐਸ ਨਰਮਾ ਹੋ ਗਿਆ ਐਲਐਸ ਦੇ ਬਾਅਦ ਝੋਲ ਨਰਮਾ ਬਠਿੰਡਾ ਕੋਲ ਪਿੰਡ ਹੈ ਮਲੋੜ ਦੇ ਕੋਲ ਝੋਲ ਹੈ ਉਹਦੇ ਪਿੰਡ ਦਾ ਚੰਗਾ ਨਰਮਾ ਉੱਥੇ ਬੀਜ ਕਢਾਇਆ ਤੋਂ ਝੋਲ ਝੋਲ ਹੋ ਗਿਆ ਐਸਐਮਐਲਏ ਹੋ ਗਿਆ ਸਾਡੇ ਨੇੜੇ ਸੋਹ ਲਾਲ ਮਲੇਠੀਆ ਹੈ ਤੇ ਟੂੜੀ ਵਾਲੇ ਵੀ ਉਹਨੇ ਮੁੰਡੇ ਨੇ ਬੰਦੇ ਨੇ ਤਿਆਰ ਕੀਤਾ ਐਸਐਮਐਲਏ ਨਾਮ ਸੀ ਤੋ ਆਪਦੇ ਕਿਸਾਨ ਆਪਦੇ ਬੀਜ ਸਿਲੈਕਟ ਕਰਕੇ ਰੱਖਦੇ ਸੀ ਤੇ ਹੁਣ ਹੁਣ ਸਾਰੀ ਯੂਨੀਵਰਸਿਟੀ ਇੱਕੋ ਹੀ ਬੀਜ ਨੂੰ ਚਾਰ ਚਾਰ ਨਾਮ ਸਿੱਧੀ ਬਿਜਾਈ ਦੇ ਅੰਦਰ ਪਾਣੀ ਦੀ ਸਿੱਧੀ ਬਚਤ ਮੈਂ ਤੈਨੂੰ ਕੈਮੀਕਲ ਨਹੀਂ ਕਰਦਾ ਜੇ ਵੀ ਖੇਤੀ ਦੇ ਅੰਦਰ ਵੀ ਸਿੱਧੀ ਬਿਜਾਈ ਦਾ ਫਾਇਦਾ ਹੈ ਬਟ ਆ ਅਲੱਗ ਇਸ਼ੂ ਆ ਜਾਂਦਾ ਇੱਕ ਵਾਰੀ ਕੈਮੀਕਲ ਦੇ ਅੰਦਰ ਕਿਉਂ ਸਿੱਧੀ ਬਿਜਾਈ ਕਰੀ ਉੱਤੇ ਸਪਰੇਅ ਕਰਦੇ ਝੋਨੇ ਦੇ ਅੰਦਰ ਪਾਣੀ ਕਿਉਂ ਖੜਾ ਰੱਖਦੇ ਨਦੀਨ ਨੂੰ ਦਬਾਉਣ ਵਾਸਤੇ ਤੇ ਸਿੱਧੀ ਬਿਜਾਈ ਕਰੀ ਨਦੀਨ ਦੀ ਉਹ ਕੈਮੀਕਲ ਸਪਰੇਅ ਕਰਦੇ ਆ ਸਾਡੇ ਘਾਹ ਹੋ ਜਾਂਦੇ ਪਰ ਸਿੱਧੀ ਬਿਜਾਈ ਦੇ ਪਾਣੀ ਦੀ ਤਾਂ ਬਚਤ ਹੈ ਪੰਜਾਬ ਦੇ ਅੰਦਰ ਪਾਣੀ ਜੇ ਫਸਲ ਦੀ ਬਿੰਤਾ ਹੋਏ ਝੋਨਾ ਨਾ ਹੋਏ ਝੋਨੇ ਦੀ ਥਾਂ ਤੇ ਮੱਕੀ ਵੀ ਹੋਏ ਬਾਜਰਾ ਵੀ ਹੋਏ ਗੁਆਰ ਵੀ ਹੋਏ ਮੂੰਗੀ ਵੀ ਹੋਏ ਸਾਵਣੀ ਦੇ ਅਰਹਰ ਵੀ ਹੋਏ ਸਾਡੇ ਕੋਲ ਹੁਣ ਮੂੰਗੀ ਵੀ ਹੈ ਗੁਆਰ ਵੀ ਹੈ ਅਰਹਰ ਵੀ ਖੜੇ ਗੰਨਾ ਵੀ ਖੜੇ ਅੱਛਾ ਹੈ ਝੋਨੇ ਦੇ ਥਾਂ ਤੇ ਝੋਨੇ ਥਾਂ ਤੇ ਹੈ ਔਰ ਬਾਕੀ ਪੂਰਾ ਪੰਜਾਬ ਕਣਕ ਝੋਨਾ ਕਣਕ ਨੂੰ ਝੋਨਾ ਦੋ ਹੀ ਚੀਜ਼ ਵੀ ਝੋਨਾ ਨੂੰ ਤੁਸੀਂ 20% ਤੇ ਲਿਓ ਤੁਹਾਨੂੰ ਸਿੱਧੀ ਬਿਜਾਈ ਕਰੋ ਪਾਣੀ ਖੜਾ ਕਰੋ 100% ਹੋ ਜੀ ਤੇ 20% ਵਾਲੇ ਹੋਏ ਜਦੋਂ ਤੁਹਾਡੇ ਗੰਨਾ ਵੀ ਹੋਣਾ ਹੈ ਮੂੰਗੀ ਵੀ ਹੋਣੀ ਹੈ ਮੱਕੀ ਵੀ ਹੋਣੀ ਹੈ ਬਾਜਰੀ ਵੀ ਹੋਣੀ ਹੈ ਜਵਾਰ ਵੀ ਹੋਣੀ ਹੈ ਅਰਹਰ ਵੀ ਹੋਣੀ ਹੈ ਜੀ ਨਰਮਾ ਵੀ ਹੋਣਾ ਹੈ ਦੇਸੀ ਕਪਾਹ ਵੀ ਹੋਣੀ ਹੈ 10 ਆਪਸ਼ਨ ਹੋਰ ਹੈ ਝੋਨੇ ਦੇ ਸਾਹਮਣੇ ਬਿਲਕੁਲ ਬਟ ਉਹ ਝੋਨੇ ਦੇ ਚੱਕਰ ਤੇ ਪਾਤਾ ਯੂਨੀਵਰਸਿਟੀ ਨੇ ਵੀ ਤੁਸੀਂ ਪੈਸੇ ਕਮਾਓ ਜਿਹੜੇ ਸਾਹਿਬ ਤੁਸੀਂ ਮੈਂ ਤੁਹਾਡੇ ਇੱਥੇ ਸਾਰੇ ਪ੍ਰੋਜੈਕਟ ਦੇ ਵਿੱਚ ਚੀਜ਼ ਬੜੀ ਖਾਸ ਦੇਖੀ ਤੁਸੀਂ ਬਿਲਕੁਲ ਨੈਚੁਰਲ ਤਰੀਕੇ ਦੇ ਨਾਲ ਔਰਗੈਨਿਕ ਤਰੀਕੇ ਦੇ ਨਾਲ ਕਰ ਰਹੇ ਹੋ ਘਾਹ ਤੋਂ ਵੀ ਫਾਇਦਾ ਲੈਂਦੇ ਹੋ ਪੰਛੀਆਂ ਤੋਂ ਵੀ ਫਾਇਦਾ ਲੈਂਦੇ ਹੋ ਮਤਲਬ ਸਾਰਾ ਇਹ ਕਿਵੇਂ ਸਾਰਾ ਸਿਸਟਮ ਚੱਲਦਾ ਸਾਈਕਲ ਕਿਵੇਂ ਚੱਲਦਾ ਇਹ ਦੇਖੋ ਨੇਚਰ ਦੇ ਅੰਦਰ ਜੇ 66 ਸਰਕਲ ਹਾਂ ਇੱਕ ਜਾਨਵਰ ਇੱਕ ਦਿਨ ਦਾ ਭੋਜਨ ਬਣਦਾ ਹੈ ਇਨਸਾਨ ਦਾ ਘਾਹ ਫੁੱਲ ਪੱਤੇ ਭੋਜਨ ਹੋ ਗਿਆ ਜੀ ਹੈ ਜਿਹੜੇ ਚਿੜੀ ਪੰਛੀ ਉਹ ਖਾ ਜਾਂਦੇ ਆ ਜੀ ਚੂਹੇ ਹੁੰਦੇ ਥੱਲੇ ਡਿੱਗੇ ਖਾਂਦੇ ਚੂਹੇ ਨੂੰ ਉੱਲੂ ਖਾ ਲੈਂਦੇ ਹੈ ਸਮਝੇ ਨਾ ਜੀ ਇਹ ਸੱਪ ਖਾ ਲੈਂਦੇ ਸੱਪ ਨੂੰ ਨੇਵੜਾ ਖਾ ਲੈਂਦੇ ਤੇ ਦਿਮਕ ਹੁੰਦੀ ਹੈ ਦਿਮਕ ਸੁੱਕੇ ਡੰਡੇ ਨੂੰ ਖਾਂਦੀ ਹੈ ਸੁੱਕੀ ਚੀਜ਼ ਨੂੰ ਅੱਛਾ ਹਰੇ ਨੂੰ ਨੀ ਖਾਂਦੀ ਸੁੱਕੇ ਨੂੰ ਖਾਏਗੀ ਦਿਮਕ ਨੂੰ ਕੌਣ ਖਾਂਦਾ ਤਿੱਤਰ ਖਾਂਦਾ ਹੈ ਤੋ ਐਵੇਂ ਇੱਕ ਸਰਕਲ ਹੁੰਦਾ 66 ਸਰਕਲ ਨੇਚਰ ਦੇ ਅੰਦਰ 66 ਸਰਕਲ ਹੁੰਦਾ ਕੋਈ ਚੀਜ਼ ਵੇਸਟ ਨਹੀਂ ਆਉਂਦੀ ਨਥਿੰਗ ਵੇਸਟਡ ਫਾਰਮ ਟ੍ਰਾਂਸਫਰਮ ਹੋ ਜਾਂਦੀ ਹੈ ਇੱਕ ਚੀਜ਼ ਇੱਕਦਮ ਭੋਜਨ ਲੱਗਦੀ ਹੈ ਵਿਸ਼ਤਾ ਕਰਦੀ ਹੈ ਵਿਸ਼ਤਾ ਤੇ ਖਾਦ ਬਣ ਗਈ ਕੋਈ ਸਾਡੇ ਖੇਤ ਦੇ ਅੰਦਰ ਬਾਜਰੀ ਹੈ ਅਮਰੂਦ ਹੈ ਜੀ ਅਮਰੂਦ ਨੂੰ ਤੋਤੇ ਖਾ ਗਏ ਉਸ ਕੋਈ ਨੁਕਸਾਨ ਨਹੀਂ ਹੈ ਤੋਤੇ ਨੇ ਵਿਸ਼ਤਾ ਕਰਨੀ ਹੈ ਵਿਸ਼ਤਾ ਦੇ ਅੰਦਰ 0.04% ਫਾਸਫਰਸ ਆ ਗਈ ਹੈ ਉਹ ਖਾਦ ਹੀ ਬਣੀ ਹੈ ਜਦੀ ਗੁਰੂ ਨਾਨਕ ਦੇਵ ਜੀ ਰਾਖੀ ਕਰਦੇ ਸੀ ਬਾਜਰੀ ਦੀ ਕਿ ਰਾਮ ਜੀ ਦੀ ਚਿੜੀਆ ਰਾਮ ਜੀ ਦਾ ਖੇਤ ਖਾਓ ਚਿੜੀਓ ਭਰ ਭਰ ਪੇਟ ਵੀ ਚਿੜੀਆਂ ਜਿੰਨੀ ਖਾ ਲੇਗੀ ਬਾਜਰੀ ਉਨੀ ਖਾਦ ਬਣਾ ਕੇ ਦੇਗੀ ਲੈ ਕੇ ਨਹੀਂ ਜਾਂਦਾ ਕੋਈ ਬੰਦਾ ਕਿੱਥੇ ਨਾਲ ਹੈ ਪੂਰਾ ਯਾਤਰਾ ਕਰਕੇ ਅੱਜ ਦੀ ਰੇਟ ਕਿਸਾਨ ਮਤਲਬ ਉਸੇ ਚੀਜ਼ ਨੂੰ ਲੁਕਾਉਣ ਦੇ ਲਈ ਸਪਰੇਹਾਂ ਕਰਦਾ ਵੀ ਜੇ ਨਾ ਚਿੜੀ ਖਾਵੇ ਨਾ ਕੋਈ ਪੰਛੀ ਖਾਵੇ ਹਾਂ ਨਾਲ ਰੁੱਖ ਵੀ ਪੜਤੇ ਹਾਂ ਚਿੜੀ ਬੈਠੇ ਨਾ ਉਹ ਕਿਸਾਨ ਨੂੰ ਐਵੇਂ ਗੁੰਮਰਾਹ ਕਰਕੇ ਕੰਪਨੀਆਂ ਨੇ ਯੂਨੀਵਰਸਿਟੀ ਨੇ ਸਾਰੇ ਨੇ ਗੁੰਮਰਾਹ ਕਰਕੇ ਹੁਣ ਤੋਂ ਕਿਹੜੇ ਨਦੀਨ ਦੀ ਸਪਰੇ ਕਰੋ ਖਾ ਦਿੱਤੇ ਜੀ ਬੱਟਾਂ ਤੇ ਖਾਲੇ ਤੇ ਖਾ ਦੀ ਸਪਰੇ ਕਰਦੇ ਆ ਹੁਣ ਵਾਟਰ ਰੀਚਾਰਜ ਨਹੀਂ ਹੋਣਾ ਇੱਕ ਆਮ ਘਾਹ ਦੀ ਜੜ 5 ਫੁੱਟ ਡੂੰਘੀ ਹੁੰਦੀ ਹੈ ਉਹ ਜਿਹੜਾ ਘਾਹ ਸੁੱਕ ਜਾਂਦਾ ਹੈ ਉਹ 6 ਮਹੀਨੇ ਬਾਅਦ ਵੱਢ ਦਿੰਦੇ ਆ ਉਹਦੀ ਜੜ ਸੁੱਕਦੀ ਹੈ ਸੁੱਕਦੇ ਨਾਲ ਮੋੜਾ ਬੰਦੇ ਉੱਤੇ ਦਾ ਪਾਣੀ ਥੱਲੇ ਨੂੰ ਜਾਂਦਾ ਉਹ ਆਪਾਂ ਸਪਰੇ ਕਰਕੇ ਜ਼ਮੀਨ ਨੂੰ ਹਾਰਡ ਕਰਦੀ ਹੁਣ ਵੱਡਾ ਹਲਾ ਆ ਗਿਆ ਇੱਕ ਸਬਸੋਇਲਰ ਉਹ ਫਿਰ ਉਹ ਯੂਨੀਵਰਸਿਟੀ ਕਹਿ ਰਹੇ
वो दो फुट ढाई फुट डूंगा जाते पांच साल बाद ढाई फुट तक रहन सख्त हो जाएगी। हाँ। फिर तुम छह फुट दस लेके आओगे जी। फिर जेसी भी पलटन गए यूनिवर्सिटी पलटो मिट्टी एक बार। हाँ। देखो जी किसान उच्चे रस्ते यूनिवर्सिटी ने लाता सारी कंपनियों के कहने के मुताबिक। हाँ जी। उन्होंने आप दे उत्ते निर्भर नहीं है। जी। असी अज सानू कोई बीज ना मिले साढ़े सारी चीज़ों का बीज आप दे। हाँ जी। है साड़ी फसल 20% पानी मंगती है कैमिकल ना हो। जी। 80% पानी की बचत कुदरती खेती नाल है। हाँ। जैसे कि मान लो शराबी है। हाँ। नशा खाता है हेरोइन खाता है सारे टीवी दे पंजाब दे अंदर वेखे होना उन्होंने तीसी तीस लगती है पानी पानी पीने है एवं जिन्नी यूरिया डीएपी स्प्रे करोगे उन्नी फसल पानी मंगेगी और तुसी सोफी बंदे हो बिल्कुल शराब में पीने चंगी है रोटी खा के बजे रब दा नाम लेके सोंदे हो रात नूं तीस नहीं लगती एवं साडी जमीन है हुण मन मोटा मीह हो जांदा उहदे नाल फसल हो जांदी साडे देसी दी असी पहला पानी होण लाया चार महीने बीजन दे बाद सारे पानी मंगती नहीं फसल क्यों जमीन इन्नी पोली होगी जड़ डूंगी चलेगी। हाँ। अच्छा फिर रुखे इन्ने रुख के नाल बायोमास इन्ना ज्यादा हो गया साड़ी कार्बन 1.5% तक हो गया खेत के अंदर वन ऑफ द रिचेस्ट ऑयल नॉर्थ इंडिया के अंदर हो गया है ते एवें ही सी पंजाब पहले एवें ही होंदा सी जदों कि हर एक जमींदार कोल वाधू समान सी जिस तरह मैं तुहाडी गलबात सुन रहा मैं लग रहा कि कदे फसल जिहड़ी हैगी है जदों दी नैचुरल फार्मिंग शुरू कीती मंडी दी सिटी होणी है मंडी गई नहीं मंडी नहीं गई मंडी साडी ट्राली भी नहीं गई मंडी गई नहीं इत्थे विक जांदे नहीं विकदा असीं चिंता नहीं करदे तो साडे जिहड़े गुरु सुभाष पालकर जी ने कहा इन्ने नैचुरल फार्मिंग देयर इज नो दो नो लॉज यू आर बिल्डिंग द कैपिटल ऑफ द सॉइल जी फसल थोड़ी खराब भी हो जाए तो ह्यूमस बधेगा जमीन के अंदर बिल्कुल ह्यूमस बधे तो कार्बन बधेगा हम कैमिकल जो जहर गए रहे यूनिवर्सिटियां लिख रहा रहे हैं उत्थे ऑर्गेनिक कार्बन 0.4% प्लस माइनस माड़ा मोटा है साढ़े 1.5% प्लस माइनस हो गया उन्होंने तो चार गुना हो गया है इन्ना पूरे पंजाब के कैमिकल हल कर ही नहीं सकते हूँ तो एन डेड 0.3 थले डेड हो जाएगी है तो हूँ जमीन से कुछ रहे नहीं जो प्रोसैसिंग कर रहे प्रोडक्ट कि फिर तैयार कर रहे थे ਤੇ ਪ੍ਰੋਸੈਸਿੰਗ ਨੂੰ ਚਲ ਕੇ ਤੁਹਾਨੂੰ ਦਿਖਾ ਦਿੰਦੇ ਵੀ ਅਸੀਂ ਸਾਰੇ ਜਿਹੜੇ ਤੁਸੀਂ ਗੰਨਾ ਵੇਖ ਰਹੇ ਹੋ ਗੰਨਾ ਅਸੀਂ ਜ਼ਿਆਦਾ ਨਹੀਂ 5-7 ਕਿੱਲੇ ਲਾਦਮੇ ਹੈ ਅੱਛਾ ਜਿੰਨਾ ਸਾਡਾ ਗੁੜ ਬਣ ਕੇ ਸੇਲ ਹੋ ਜੀ ਅਸੀਂ ਤਾਂ ਗੁੜ ਬਣਾਉਂਦੇ ਹਾਂ ਸ਼ੱਕਰ ਬਣਾਉਂਦੇ ਹਾਂ ਕੇਨ ਸ਼ੂਗਰ ਬਣਾਉਂਦੇ ਹਾਂ ਫਿਰ ਗੁੜ ਦੇ ਅੱਗੇ ਗੁੜ ਦੀ 9-9 ਗ੍ਰਾਮ ਦੀ ਟੋਫੀ ਵੀ ਬਣਾ ਲਈ ਅੱਛਾ ਆਮਲਾ ਗੁੜ ਕੈਂਡੀ ਬਣਾ ਲਈ ਜੀ ਹੈ ਤਾਂ ਅਸੀਂ 5-6 ਕਿੱਲੇ ਬੀਜਦੇ ਹਾਂ ਵੀ ਸਾਡਾ ਜਿੰਨਾ ਸੇਲ ਹੋ ਜਾਏ ਵੀ ਤੁਸੀਂ ਅੱਗੇ ਤਾਂ ਮੰਡੀ ਨਹੀਂ ਸੇੜਦੇ ਫਿਰ ਜ਼ਿਆਦਾ ਬੀਜ ਲਾ ਕੇ ਤਾਂ ਸਾਨੂੰ ਇਵੇਂ ਭਜਣਾ ਪਏਗਾ ਕਸਟਮਰ ਢੂੰਡੇ ਪੈਣਗੇ ਹੁਣ ਇੰਨੇ ਕਸਟਮਰ ਸਾਡੇ ਕੋਲ ਲੈ ਕੇ ਚਲੇ ਜਾਂਦੇ ਆ ਇਵੇਂ ਤੁਸੀਂ ਪੂਰੇ ਰਸਤੇ ਵੇਖਣਾ ਇਹ ਗੁਲਾਬ ਲੱਗੇ ਜੀ ਗੁਲਾਬ ਲੱਗੇ ਹੈ ਗੁਲਾਬ ਦਾ ਅਸੀਂ ਸ਼ੁਰੂ ਕੀਤਾ ਸੀ ਕਈ ਸਾਲ ਪਹਿਲੇ ਜਿਹੜੇ ਗੁਲਾਬ ਦੀ ਸ਼ਰਬਤ ਬਣਾਉਣੀ ਗੁਲਾਬ ਜਲ ਗੁਲਾਬ ਦੀ ਸ਼ਰਬਤ ਅੱਛਾ ਸ਼ਰਬਤ ਬਣਾਈ ਗੁਲੂਕੰਦ ਬਣਾਇਆ ਅੱਛਾ ਹੁਣ ਅਸੀਂ ਰੋਜ਼ ਸਪਰੇ ਡਿਜੀਟਲ ਕਰਕੇ ਰੋਜ਼ ਦੀ ਸਪਰੇ ਆਨਲਾਈਨ ਵੇਚਣ ਲੱਗੇ ਹੈ ਐਮਜ਼ਨ ਦੇ ਉੱਤੇ ਵਿਕਰੀ ਹੈ ਸਾਡੀ ਔਰ ਬੜੀ ਬੰਪਰ ਸੇਲ ਵਰਲਡ ਦੇ ਅੰਦਰ ਵਨ ਆਫ ਦਾ ਬੈਸਟ ਹੈ ਜੋ ਫਰੈਸ਼ ਗੁਲਾਬ ਮਾਰਨਿੰਗ ਦੇ ਅੰਦਰ ਤੋੜਦੇ ਹੈ ਉਹਦੇ ਅੰਦਰ 90% ਆਫ ਦਾ ਵਾਟਰ ਡਿਊ ਅੰਦਰ ਹੁੰਦਾ ਹੈ ਜੀ ਬਾਕੀ ਕੋਈ ਵੀ ਵੱਡੀ ਵੱਡੀ ਕੰਪਨੀ 2000-2000 ਰੁਪਏ ਦੀ ਬੋਤਲ ਵੇਚਦੇ 100 ml ਦੀ ਉਹਨੇ ਕੋਲ ਤਾਂ ਗੁਲਾਬ ਕਿਸੇ ਕੋਲ ਨਹੀਂ ਹੈ ਐਸੈਂਸ ਪਾਉਂਦੇ ਸੁੱਕੇ ਗੁਲਾਬ ਦੇ ਅੰਦਰ ਪਾਣੀ ਪਾਉਂਦੇ ਹਾਂ ਅਸੀਂ ਆਪਦੇ ਨੈਚੁਰਲ ਡਿਊ ਨਾਲ ਉਹ ਡਿਜੀਟਲ ਕਰਕੇ ਬਣਾਉਂਦੇ ਹਾਂ ਅੱਛਾ ਤੇ ਗੁਲਾਬ ਦੀ ਉਹ ਸ਼ਰਬਤ ਹੋ ਗਈ ਜਾਣੇ ਫਲਾਂ ਦੇ ਬੂਟੇ ਤੁਹਾਨੂੰ ਕਿਹਾ ਅਸੀਂ 32-38 ਪ੍ਰਕਾਰ ਦੇ ਹੈ 1000 ਬੂਟੇ ਤਾਂ ਸਾਡੇ ਕਰਾਉਂਦੇ ਆ ਬਾਰ ਬਾਰ ਲੱਗੇ ਤੇ ਉਹ ਕਰਾਉਂਦੇ ਵੀ ਅਸੀਂ ਅੰਦਰ ਦੀ ਤਰਫ ਆਪ ਤੋੜਦੇ ਹਾਂ ਬਾਹਰ ਦੀ ਤਰਫ ਅਸੀਂ ਪਹਿਲੇ ਦੀ ਲਾਈਨ ਸੀ ਕਿ ਪਿੰਡ ਵਾਲੇ ਆਉਂਦੇ ਜਾਂਦੇ ਤੋੜ ਲਓ ਕਿਸੇ ਨੂੰ ਰੋਕਣਾ ਨਹੀਂ ਅੱਛਾ ਤੋ ਕੰਡੇ ਹੁੰਦੇ ਅੰਦਰ ਤੋਂ ਆ ਨਹੀਂ ਸਕਦੇ ਬਾਹਰੋਂ ਤੋੜ ਕੇ ਲੈਂਦੇ ਇਵੇਂ ਸਵਾਂਜਣੇ ਲਾਏ ਹੈ ਬਾਹਰੋਂ ਜੇ ਸਵਾਂਜਣੇ ਦੀ ਸੀਜ਼ਨ ਹੁੰਦੇ ਮੋਰੰਗਾ ਦੀ ਆਸੇ ਪਾਸੇ ਪਿੰਡਾਂ ਲੋਕ ਬਾਰ ਬਾਰ ਤੋੜ ਕੇ ਲੈ ਜਾਂਦੇ ਅਸੀਂ ਰੋਕਦੇ ਨਹੀਂ ਲੈ ਜਾਓ ਤੁਸੀਂ ਜਾਮਣ ਵੀ ਲੈ ਜਾਂਦੇ ਹੈ ਅਤੇ ਉਹ ਨੇਚਰ ਅਸੀਂ ਡਿਸਟ੍ਰੀਬਿਊਟ ਵੀ ਕਰਦੇ ਹਾਂ ਅੰਦਰ ਦੇ ਅਸੀਂ ਕਰਾਉਂਦੇ ਤੋੜਦੇ ਹਾਂ ਉਹਦੇ ਜੂਸ ਵੀ ਬਣਾਉਂਦੇ ਹਾਂ ਉਹਦਾ ਅਚਾਰ ਵੀ ਬਣਾ ਰਹੇ ਹਾਂ ਆਮਲੇ ਦਾ ਅਸੀਂ ਅਚਾਰ ਵੀ ਬਣਾ ਰਹੇ ਹਾਂ ਆਮਲਾ ਕੈਂਡੀ ਵੀ ਬਣਾ ਰਹੇ ਹਾਂ ਆਲਮਲਾ ਜੂਸ ਨਿਕਾਲ ਰਹੇ ਹਾਂ ਆਮਲੇ ਦੀ ਪਾਊਡਰ ਬਣਾ ਰਹੇ ਹਾਂ ਇਵੇਂ ਇੱਕ ਚੀਜ਼ ਦੇ 5-7 ਚੀਜ਼ਾਂ ਬਣ ਜਾਂਦੀਆਂ ਯਾਨੀ ਸਰ ਸਾਰਾ ਦਿਮਾਗ ਚੱਲਦਾ ਕਿਵੇਂ ਇੰਨਾ ਸਾਰਾ ਇੰਨਾ ਚੀਜ਼ਾਂ ਤਿਆਰ ਕਰਨੀਆਂ ਇੰਨੀਆਂ ਲਾਉਣੀਆਂ ਕਰਨੀਆਂ ਉਹ ਵੀ ਪ੍ਰੋਫਿਟ ਦੇ ਵਿੱਚ ਤੇ ਬਹੁਤ ਵੱਡਾ ਦੇਖੋ ਜੀ ਅਸੀਂ 2005 ਦੇ ਅੰਦਰ ਸ਼ੁਰੂ ਕੀਤਾ ਨਾ ਸਾਡੇ ਉੱਤੇ ਆ ਰੱਬ ਦੀ ਕਿਰਪਾ ਹੈ ਵੀ ਜਦੋਂ ਸਾਨੂੰ ਮਾੜਾ ਵੇਖੇ ਨਹੀਂ ਦਿੱਤਾ ਘਾਟਾ ਵੇਖੇ ਨਹੀਂ ਦਿੱਤਾ ਫਾਇਦਾ ਹੀ ਦੇਖਣ ਲੱਗੇ ਤੇ ਰੱਬ ਦੀ ਕਿਰਪਾ ਹੈ ਤਾਂ ਜਿਹੜੇ ਫਿਰ ਉਹ ਰੱਬ ਦੀ ਕਿਰਪਾ ਨਾਲ ਇਹ ਜੇ ਗੈਸਟ ਆਏ ਸਾਡੇ ਕੋਲ ਜਿਹੜੇ ਵਰਲਡ ਓਵਰ ਬੜੇ ਸੋਹਣੇ ਸੋਹਣੇ ਗੈਸਟ ਆਏ ਹੈ ਜਾਨੇ ਕਲੌਡ ਬੌਨ ਕਿਉਂ ਆ ਗਏ ਕਲੌਡ ਅਲਵਾਰੀਸ ਗੋਆਂ ਫਰਾਂਸ ਹੋਂ ਵਰਲਡ ਦੇ ਅੰਦਰ ਅੱਧੀ ਕੰਟਰੀਜ਼ ਹੋਂ ਪੂਰੇ ਇੰਡੀਆ ਦੇ ਸਟੇਟ ਨੂੰ ਸੁਭਾਸ਼ ਪਾਲਕਰ ਸੁਭਾਸ਼ ਸ਼ਰਮਾ ਉਮਿੰਦਰ ਦੇ ਖੇਤੀ ਵਾਸ ਮਿਸ਼ਨ ਤੋਂ ਸਾਡਾ ਆਪਦੇ ਪਰਿਵਾਰ ਹੀ ਸੀ ਕਵਿਤਾ ਗੁਰਗੁੰਚੇ ਆ ਗਈ ਹੈ ਸਾਰੇ ਡਾਕਟਰ ਰਾਮਨੁਜਾ ਆ ਗਏ ਪੂਰੇ ਇੰਡੀਆ ਦੇ ਐਕਸਪਰਟ ਇੱਥੇ ਆਏ ਵਰਲਡ ਦੇ ਐਕਸਪਰਟ ਆਏ ਇੱਥੇ ਔਰ ਇੱਥੇ ਆ ਕੇ ਉਹਨਾਂ ਨੇ ਜਿਹੜੇ ਕੁਦਰਤੀ ਚੰਗੀ ਗੱਲਾਂ ਦੱਸੀ ਹੈ ਹੈ ਤੋ ਆਪਣੇ ਕੋ ਆਊਟ ਇੰਡੀਆ ਦੇ 38 ਦੇਵ ਸੁਭਾਵ ਹਾਂ 38 ਦੇ ਕੇ ਜਾਂਦੇ ਦੇਵ ਮਤਲਬ ਦੇਣੇ ਵਾਲਾ ਇੱਕ ਹੁੰਦਾ ਦੇਵਤਾ ਇੱਕ ਹੁੰਦਾ ਰਾਕਸ਼ਸ ਦੇਵਤਾ ਦਿੰਦਾ ਰਾਕਸ਼ਸ ਛੀਨਦਾ ਤੋ 38 ਦੇਵ ਸੁਭਾਵ
ਅਚਿੱਤੀ ਇੱਕ ਦੇਵਤਾ ਹੈ ਦੇਣੇ ਵਾਸਤੇ ਆਉਂਦੇ ਤੇ ਅਚਿੱਤੀ ਕੋਲ ਜਿਹੜਾ ਗਿਆਨ ਉਹ ਦੇ ਕੇ ਗਿਆ ਅਸੀਂ ਨਾਲ ਦੀ ਨਾਲ ਅਡੋਪਟ ਕਰੀ ਅੱਛਾ ਔਰ ਆ ਡੇਲੀ ਹੁਣ ਕੱਲ੍ਹ ਪਰਸੋਂ ਜਿਹੜੇ ਆਪਣੇ ਮਾਨਸਾ ਤੋਂ ਐਕਸ ਐਮ ਐਲ ਏ ਆਏ ਸੀ ਨਾਲ ਅਸੀਂ ਮਾਨਸੀ ਆਏ ਜੀ ਜੀ ਉਹਨੇ ਨਾਲ ਇਹ ਸੰਧੂ ਸਾਹਿਬ ਵੀ ਆਏ ਸੀ ਉਹਨੇ ਦੇ ਦੋਸਤ ਸੀ ਨਾਲ ਔਰ ਇੱਕ ਆਇਆ ਜੀ ਸ਼ਹਿਜਾਦ ਸਿੰਘ ਸੂਰਤਗੜ੍ਹ ਦੇ ਉੱਥੇ ਉਹਨਾਂ ਦੀ ਉਹਨੇ ਸੰਧੂ ਸਾਹਿਬ ਨੇ ਨਵੀਂ ਚੀਜ਼ ਇੱਕ ਦੱਸੀ ਮੈਂ ਤੁਹਾਡੀ ਟੀਵੀ ਦੇ ਜ਼ਰੀਏ ਦੱਸਦਾ ਉਹਨੇ ਦੱਸਿਆ ਵੀ ਮੇਰੇ ਤਜ਼ਰਬਾ ਮੋਰਿੰਗਾ ਦੇ ਜਿਹੜੇ ਸੁੱਕੇ ਪੱਸੇ ਪੱਤੇ ਲੈ ਲਓ ਤੁਸੀਂ ਕੈਪਸੂਲ ਬਣਾਓ ਪਿੱਤੇ ਦੀ ਪੱਥਰੀ ਹੈ 15 ਦਿਨ ਦੇ ਅੰਦਰ ਅੰਦਰ ਖਤਮ ਹੋ ਜਾਂਦੀ ਹੈ 15 ਦਿਨ ਦੇ ਅੰਦਰ ਨਹੀਂ ਸੋ ਗੁਰਦੇ ਦੀ ਪੱਥਰੀ ਤੋਂ ਆਪਰੇਸ਼ਨ ਹੋ ਜਾਏ ਠੀਕ ਪਿੱਤੇ ਦੀ ਪੱਥਰੀ ਦਾ ਔਖਾ ਇਲਾਜ ਹੈ ਹੈ ਪੈਨਕ੍ਰੀਆਸ ਦੀ ਤੇ ਉਹ ਉਹਦੇ ਮੋਰਿੰਗਾ ਦੇ ਸੁੱਕੇ ਪਾਊਡਰ ਨਾਲ ਉਹ ਕਹਿੰਦੇ ਮੈਂ 40 ਕਿੱਲੇ ਲਾ ਕੇ ਵੇਚੀ ਹੈ ਅੱਛਾ ਤੇ ਉਹ ਗਿਆਨ ਮੈਨੂੰ ਦੇ ਕੇ ਗਏ ਕਿ ਤੁਸੀਂ ਵੀ ਬਣਾਓ ਤੁਸੀਂ ਇੰਪਲੀਮੈਂਟ ਕਰ ਤੋ ਗਿਆਨ ਇਵੇਂ ਵੱਧਦਾ ਹੀ ਜਾਂਦਾ ਜਿੰਨੇ ਗੈਸਟ ਆਉਂਦੇ ਆ ਔਰ ਆ ਇੱਕ ਹਫ਼ਤੇ ਹੋਏ ਉਹਨਾਂ ਨੂੰ ਆਏ ਨੂੰ ਤਾਂ ਲੇਟੈਸਟ ਗਿਆਨ ਜਾਣੇ ਇਵੇਂ ਹੈ ਤਾਂ ਕੋਈ ਤੁਸੀਂ ਵੀ ਅੱਜ ਦੇ ਕੇ ਜਾਓਗੇ ਤੋ ਜੱਥੀ ਜਿਹੜੇ ਵੀ ਗੈਸਟ ਆਉਂਦੇ ਉਹ ਕੁਛ ਨਾ ਕੁਛ ਗਿਆਨ ਦੇ ਕੇ ਜਾਂਦੇ ਔਰ ਅਸੀਂ ਸਭ ਤੋਂ ਪਹਿਲੇ ਕਹਿੰਦੇ ਉਹ ਕਹਿੰਦੇ ਹੋਰ ਬੁਲਾ ਲਓ ਹੈ ਕੱਲ੍ਹ ਮੈਂ ਗਿਆ ਇੱਥੇ ਅਮੋਰ ਸੀਟ ਫਾਰ ਹੈ ਸਰ ਸੈਂਟਰ ਹੈ ਐਪ ਯੂ ਦਾ ਉੱਥੇ ਉਹ ਨਕਲੀ ਕਾਲੀ ਮਿਰਚ ਆਉਂਦੀ ਉਹਦੇ ਬਿੱਲਾਂ ਬੜੀ ਲੱਗੀ ਖਰੂਰ ਦੇ ਨਾਲ ਹੈ ਉਹ ਮੈਂ ਸਾਊਥ ਦੇਖੀ ਤੇ ਬੋਰਡ ਦੇਖੀ ਉਹ ਕਹਿੰਦੇ ਆ ਨਕਲੀ ਕਾਲੇ ਮਿਰਚ ਹੁੰਦੀ ਤੇ ਇਹ ਗਿਆਨ ਨੌਲੇਜ ਐਂਡ ਹੈ ਨਹੀਂ ਐਂਡ ਹੈ ਇਹ ਨੌਲੇਜ ਜਿੰਨੇ ਤੁਸੀਂ ਪੂਰਾ ਸੱਤੇ ਸਿੱਖ ਬਣ ਜਾਓਗੇ ਸਿੱਖ ਮਤਲਬ ਸਿੱਖਦੇ ਰਹੋਗੇ ਪੂਰੀ ਉਮਰ ਉਹਨੇ ਗਿਆਨ ਤੁਹਾਡੇ ਕੋਲ ਆਉਂਦਾ ਰਹੇਗਾ ਤੁਸੀਂ ਸਿੱਖ ਬਣਨਾ ਸੱਚਾ ਹਾਂ ਤੇ ਜੈਨੀ ਸਾਹਿਬ ਤੁਹਾਡਾ ਕੋਲ ਇੱਥੇ ਪ੍ਰੋਜੈਕਟ ਬਹੁਤ ਵੱਡਾ ਹੈ ਤੇ ਆਪਾਂ ਗੱਲਬਾਤ ਤਾਂ ਜਾਰੀ ਰੱਖਣੀ ਆ ਪਰ ਇਸ ਐਪੀਸੋਡ ਨੂੰ ਆਪਾਂ ਇੱਥੇ ਹੀ ਕਲੋਜ਼ ਕਰਨਾ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਐਗਰੋ ਟੂਰਿਜ਼ਮ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਇਸ ਐਪੀਸੋਡ ਨੂੰ ਇੱਥੇ ਹੀ ਮੈਂ ਸਮਾਪਤ ਕਰਨ ਜਾ ਰਿਹਾ ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਇਸੇ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਤੇ ਉਹਦੇ ਵਿੱਚ ਅਸੀਂ ਦੱਸਾਂਗੇ ਇਸ ਫਾਰਮ ਦੇ ਵਿੱਚ ਜਿਹੜਾ ਐਗਰੋ ਟੂਰਿਜ਼ਮ ਹੈ ਉਹ ਹੁੰਦਾ ਹੈ ਤੇ ਸਟੂਡੈਂਟਸ ਕੀ ਕੁਛ ਸਿੱਖ ਕੇ ਜਾਂਦੇ ਨੇ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਸੋ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ।